ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲਾ ਹੈ, ਜੇਕਰ ਬੜਾ ਮਨ ਰੱਖਦਾ ਹੈ, ਤੇਰਾ ਸੰਸਾਰ ਹਮ ਜਾਣਦੇ ਜੀ, ਸ੍ਰੀ ਹਜ਼ੂਰ ਸਾਹਿਬ ਖਾਲਸਾ ਵਾਹਿਗੁਰੂ ਜੀ। ਅੰਮ੍ਰਿਤ ਵੇਲੇ ਦਾ ਲੰਗਰ ਚੱਲ ਰਿਹਾ ਹੈ ਜੀ, ਅਤੇ ਚਾਹ ਦਾ ਲੰਗਰ ਹੈ ਜੀ। ਚਾਹ ਦੇ ਲੰਗਰ ਦੇ ਨਾਲ ਬੂੰਦੀ ਹੈ, ਬਾਬਾ ਜੀ ਦੀ ਵਾਸਤੇ ਅੱਗੇ ਬੂੰਦੀ ਹੈ, ਜਲੇਬੀਆਂ ਹੈ ਜੀ, ਨਾਲ ਪਕੌੜੇ ਆ ਰਹੇ ਹਨ ਜੀ। ਸ਼ਮਸ਼ੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਖਰੀ ਹੈ ਜੀ, ਅੱਜ ਸਮਾਪਤੀ ਹੈ, ਅਖੰਡ ਸਾਹਿਬ ਸਾਹਿਬ ਦੇ ਭੋਗ ਪੈਣਗੇ ਜੀ, ਉਪਰੰਤ ਦੀਵਾਨ ਲੱਗਣਗੇ ਜੀ। ਅਤੇ ਲੰਗਰ ਤਾਂ ਦੋ ਤਰ੍ਹਾਂ, ਲੰਗਰ ਸਾਹਿਬ 24 ਘੰਟੇ ਹੀ ਚੱਲਦਾ ਰਹਿੰਦਾ ਹੈ ਜੀ। ਸਾਹ ਪੱਖਾਂ ਵੱਲੋਂ ਚੱਲੀ ਹਰੇ ਨਾਮ ਸਿਮਰਨ ਦੀ ਪਰੰਪਰਾ ਜੀ, ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ, ਸੰਧਿਆ ਵੇਲੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਚਾਰਾ ਚੱਲਦਾ ਹੈ ਜੀ। ਗੁਰੂ ਘਰ ਦੇ ਸੇਵਾਦਾਰ ਸੰਗਤ ਦੇ ਦਰਸ਼ਨ ਨੂੰ ਆਈ ਹੋਈ ਹੈ, ਸਿਮਰਨ ਦੇ ਵਿੱਚ ਆਰਤੀ ਕਰਦੇ ਹਨ ਜੀ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ
Thank you.
ਵਾਲਾ ਕੀ ਕਹਿੰਦਾ ਹੈ? ਉਹ ਮਲੋਈ ਕੀ ਕਹਿੰਦਾ ਹੈ ਜਿਹੜਾ ਨਿਰਮਨ Thank you.
ਸੌਣਾ ਡਿੱਗੇ ਲਾਗੇ ਲਾਗੇ ਸਤਿਗੁਰਾਂ ਦੀ ਅੱਜ ਦਾ ਪਵਿੱਤਰ ਦਿਹਾੜਾ 4 ਅਗਸਤ 1947 ਨੂੰ ਭਲਿਆਂ ਮਹਾਂਪੁਰਖਾਂ ਨੇ ਸੰਤ ਬਾਬਾ ਨਦਾਨ ਸਿੰਘ ਜੀ ਭੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕ ਸਤਿਗੁਰਾਂ ਦੀ ਕਿਰਪਾ ਉਹਨਾਂ ਭਲਿਆਂ ਮਹਾਂਪੁਰਖਾਂ ਦਾ ਪਰ ਉਪਕਾਰ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਹੁਕਮ ਲੈ ਕੇ ਸਤਿਗੁਰਾਂ ਨੇ ਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਰਤਾ ਘੋੜੇ ਸਮੇਤ ਬਾਜ ਸਮੇਤ ਮਹਾਂਪੁਰਖਾਂ ਨੂੰ ਦਰਸ਼ਨ ਦਿੱਤੇ ਆ ਮਹਾਂਪੁਰਖਾਂ ਦਾ ਗੁਰੂ ਚਰਨਾਂ ਦੇ ਨਾਲ ਧਿਆਨ ਜੁੜਿਆ ਤੇ ਗੁਰੂ ਖੜਗੀਧਰ ਪਾਤਸ਼ਾਹ ਜੀ
ਸਤਿਗੁਰਾਂ ਨੇ ਹੁਕਮ ਲਾਇਆ ਸੰਤ ਜੀ ਕਿੱਧਰ ਜਾ ਰਹੇ ਜੀ? ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਸੀਸ ਰੱਖਦਾ ਮਹਾਂਪੁਰਖਾਂ ਜੀ ਪਾਤਸ਼ਾਹ ਜੀ ਓ ਆਪ ਜੀ ਨੇ ਜਿੰਨਾ ਸੇਵਾ ਲਈ ਆ ਆਈਆਂ ਸੰਗਤਾਂ ਦੀ ਜਲ ਛਕਾਉਣ ਦੀ ਹੁਣ ਵਾਪਸ ਜਾ ਰਹੇ ਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਲਾਇਆ ਸਾਡੇ ਪ੍ਰਾਤਨ ਲੰਗਰ ਵਾਲੀ ਜਗ੍ਹਾ ਜਾ ਕੇ ਲੰਗਰ ਚਲਾਓ ਵਾਪਸ ਨਹੀਂ ਜਾਣਾ ਮਹਾਂਪੁਰਖਾਂ ਨੇ ਬੇਨਤੀ ਕੀਤੀ ਗੁਰੂ ਪਾਤਸ਼ਾਹ ਜੀ ਮੇਰੇ ਤੇ ਕੋਲ ਹੀ ਕੁਝ ਨੀ ਗਾ ਲੰਗਰ ਕਿੱਦਾਂ ਚੱਲਣਗੇ ਸਤਿਗੁਰਾਂ ਨੇ ਹੁਕਮ ਲਾਇਆ ਖੀਸਾ ਮੇਰਾ ਹੱਥ ਤੇਰਾ ਗੁਰਮੁਖੋ ਜਿੱਥੇ ਸਤਿਗੁਰਾਂ ਦਾ ਖੀਸਾ ਹੋਵੇ ਮੇਰ ਭਰਿਆ ਹੱਥ ਹੋਵੇ ਉੱਥੇ ਭਲਾ ਕਮੀਆਂ ਰਹਿੰਦੀਆਂ ਕੋਈ ਸਾਡੇ ਜੀਆਂ ਦੇ ਮਨਾਂ ਚ ਨਾ ਕੋਈ ਕਮੀ ਆਉਣ ਦੇਵੇ ਗੁਰੂ ਪਾਤਸ਼ਾਹ ਸਤਿਗੁਰਾਂ ਦੇ ਦਰਾਂ ਤੇ ਕੋਈ ਕਮੀ ਨਹੀਂ ਇਹ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਮਹਾਂਪੁਰਖਾਂ ਨੇ ਆ ਕੇ ਗੁਰੂ ਦੇ ਲੰਗਰਾਂ ਦੀ ਆਰੰਭਤਾ ਕੀਤੀ ਅੱਜ ਦੇ ਦਿਨ ਮਹਾਂਪੁਰਖਾਂ ਨੇ ਭਾਣਾ ਵਰਤਾਇਆ ਤੇ ਬਾਅਦ ਦੇ ਵਿਚ ਨਾ ਬਾਬਾ ਹਰਨਾਮ ਸਿੰਘ ਜੀ ਨੂੰ ਸਤਿਗੁਰਾਂ ਨੇ ਸਮਾਂ ਬਖਸ਼ਿਆ 1947 ਤੋਂ ਲੈ ਕੇ 1979 ਤੱਕ ਅੰਗਰੇਜ਼ੀ ਪੜ੍ਹੇ ਵਿਚਾਰੇ 79 ਦੇ ਹੋਣੇ 1979 ਤੱਕ ਆਪਾਂ ਪੰਜਾਬੀ ਜੀ ਕਰਨ ਇੰਨਾ ਲੰਮਾ ਸਮਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਸਤਿਗੁਰਾਂ ਨੇ ਸਮਾਂ ਬਹੁਤ ਸਾਧੂ ਸੁਭਾ ਇੰਨਾ ਮਿਲ ਵਰਤਨ ਤੇ ਇੰਨੀ ਮਿਲਾਪ ਵਾਲੀ ਰੂਹ ਗੁਰਮੁਖੋ ਇਹੋ ਜਿਹਾ ਸੁਭਾ ਸੀ ਮਹਾਂਪੁਰਖਾਂ ਦਾ ਜੀਵਨ ਸੀ ਕਿਸੇ ਗੁਰੂ ਪਿਆਰੇ ਨੇ ਚੜਾਈ ਕਰ ਜਾਣੀ ਨਾ ਨਗਰ ਨਿਵਾਸੀਆਂ ਜਾਂ ਤੇ ਜਦੋਂ ਵਾਪਸ ਜਾਣਾ ਕਈ ਵਿਚਾਰੇ ਫੇਰ ਮੋਹਦਾ ਕਰਕੇ ਸੋਗਦਾ ਕਰਕੇ ਘਰ ਰੋਟੀ ਨੀ ਨਾ ਬਣਾਉਂਦੇ ਮਹਾਂਪੁਰਖਾਂ ਨੇ ਦਾਲ ਦੀ ਬਾਲਟੀ ਤੇ ਟੋਕਰੀ ਚ ਪ੍ਰਸ਼ਾਦੇ ਘਰ ਭੇਜਣੇ ਜਾਂ ਜਾ ਕੇ ਲੰਗਰ ਛਕਾ ਕੇ ਇਹਨਾਂ ਗੱਡੀਆਂ ਵਾਲੇ ਡਰਾਈਵਰਾਂ ਨਾਲ ਸੰਗਤ ਨਾਲ ਇੰਨਾ ਪਿਆਰ ਕਿ ਮਹਾਂਪੁਰਖ ਨਾ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਨਿਧਾਨ ਸਿੰਘ ਜੀ ਦੀ ਸ਼ਮਾਏ ਸਦਾਨਾ ਬਰਸੀ ਮਨਾਉਂਦੇ ਫਿਰ ਜਦੋਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਭਾਣਾ ਵਰਤਾਇਆ ਹੱਲੇ ਆਵੇ ਨਾਨਕਾ ਸੱਦੇ ਉੱਠੇ ਜਾਹੇ ਦੇ ਮਹਾਂਵਾਕ ਅਨੁਸਾਰ ਤੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਮਨਵਾੜ ਸਾਹਿਬ ਗੁਪਤਸਰ ਸਾਹਿਬ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਸਤਿਗੁਰਾਂ ਦੇ ਹੁਕਮ ਨਾਲ ਪ੍ਰਗਟ ਹੋਇਆ ਨਾ ਸਥਾਨ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਦਾ ਪਹਿਰਾ ਬਾਬਾ ਹਰਨਾਮ ਸਿੰਘ ਜੀ ਨੇ ਉੱਥੇ ਲਾਇਆ ਸੀ ਤੇ ਉਹਨਾਂ ਨੂੰ ਬੁਲਾ ਕੇ ਉੱਥੇ ਬਾਬਾ ਜੈਬ ਸਿੰਘ ਜੀ ਦਾ ਪਹਿਰਾ ਲਾ ਕੇ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਭਾਣਾ ਵਰਤਾਉਣ ਤੋਂ ਪਹਿਲਾਂ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੂੰ ਸੇਵਾ ਬਖਸ਼ੀ ਚੌਕੀਦਾਰਾਂ 1979 ਤੋਂ ਲੈ ਕੇ 1983 ਤੱਕ 4 ਸਾਲ ਪਹਿਲਾਂ ਵੀ ਬੜਾ ਲੰਮਾ ਸਮਾਂ ਸੇਵਾ ਮਨਵਾੜ ਸਾਹਿਬ ਲਈ ਮੋਨੀ ਜੀ ਬਾਬਾ ਜੀ ਕੋ ਫਿਰ 1982 ਦੇ ਵਿਚ ਜਿੱਥੇ ਆਪਾਂ ਖੜੇ ਨਾ
ਉਦੋਂ ਬਾਹਰ ਸਾਰੇ ਅਸਥਾਨਾਂ ਦੀਆਂ ਸੇਵਾ ਚੱਲਦੀਆਂ ਸੀ। ਜਦੋਂ ਦੁਬਾਰਾ ਸੇਵਾ ਆਈ 1977 ਦੇ ਵਿਚ, ਹੀਰਾ ਘਾਟ ਸਾਹਿਬ, ਮਾਂ ਟੇਕੜੀ, ਸੰਗਤ ਸਾਹਿਬ, ਬੰਦਾ ਘਾਟ, ਤਖਤ ਸਾਹਿਬ ਸੇਵਾ ਸਾਰੀਆਂ ਪਰਿਕਰਮਾ ਚੌੜੀਆਂ ਕਰਨ ਦੀ ਸਾਰ ਦੀਵਾਨ ਨਾਲ ਪਿੱਛੇ ਲੰਗਰ ਹਾਲ ਸਾਹਮਣੇ ਮੋਦੀ ਖਾਨਾ ਸਾਰੀਆਂ ਸੇਵਾ ਚੱਲਦੀਆਂ ਸੀ। ਫਿਰ ਆ ਪੁਜਾਰੀ ਪੁੰਗਾ ਜੀ ਤੇ ਹੁਣ ਭਜਨਗੜ੍ਹ ਬਣਿਆ ਨਾ, ਇੱਥੇ ਹੀ ਆਏ ਗਏ ਸੇਵਾਦਾਰਾਂ ਲਈ ਡੇਰਾ ਹੁੰਦਾ ਸੀ, ਬਾਕੀ ਸਾਰਾ ਡੇਰਾ ਸ਼ਿਕਾਰ ਘਾਟ ਸਾਹਿਬ ਤੇ ਆ ਜਿੱਥੇ ਆਪਾਂ ਖੜੇ ਹਾਂ ਇੱਥੇ 1982 ਦੇ ਵਿਚ ਸੇਵਾ ਆਰੰਭਤਾ ਹੋ ਗਈ ਸੀ ਬਾਬਾ ਮੋਨੀ ਜੀ ਨੇ ਆਪਣੇ ਪਹਿਰੇ ਦੇ ਵਿਚ। ਇਹ ਬਾਅਦ ਦੇ ਵਿਚ ਮਹਾਂਪੁਰਖਾਂ ਨੇ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਬਾਬਾ ਛਿੰਦਰ ਸਿੰਘ ਜੀ ਮੰਤ ਬੁਲਾ ਕੇ ਆਜ ਭਜਨ ਕੀਤਾ ਜਿੱਥੇ ਆਪ ਜੀ ਗੁਰੂ ਅਸਥਾਨਾਂ ਦੀਆਂ ਸੇਵਾ ਕਰਾ ਰਹੇ ਜੇ, ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਸੰਭਾਲੋ। ਮਹਾਂਪੁਰਖਾਂ ਦਾ ਹੁਕਮ ਸੀ, ਸੰਤ ਜੀ ਮਹਾਂਪੁਰਖ ਸਾਨੂੰ ਪਾਰ ਸੇਵਾ ਦਾ ਵੱਡਿਆਂ ਸੰਤਾਂ ਵੱਲੋਂ ਜੋ ਹੁਕਮ ਤੇ ਸਾਰੀਆਂ ਸੰਗਤਾਂ ਨੂੰ ਨੇੜੇ ਤੇੜੇ ਦੀਆਂ ਬੰਬਈ ਨਿਵਾਸੀ ਨਾਗਪੁਰ ਸ਼ਹਿਰ ਵਾਲੀਆਂ ਸੰਗਤਾਂ ਸਾਰੇ ਇਕੱਠੇ ਕਰਕੇ ਤੇ ਸਾਰੀ ਗੁਰੂ ਕੀ ਸੰਗਤ ਨੂੰ ਬੁਲਾ ਕੇ ਫਿਰ ਮਹਾਂਪੁਰਖਾਂ ਨੂੰ ਬੁਲਾਇਆ ਤੇ ਸਾਰੀ ਗੁਰੂ ਕੀ ਸੰਗਤ ਨੇ ਤੇ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੇ ਆਏ ਮਹਾਂਪੁਰਖਾਂ ਨੂੰ ਭਜਨ ਕੀਤਾ। ਸਾਰੀ ਸੰਗਤ ਵੱਲੋਂ ਭਜਨਿਆ, ਸਾਡੇ ਵੱਲੋਂ ਵੀ ਬੇਨਤੀ ਮਹਾਂਪੁਰਖਾਂ ਨੇ ਜਿੱਥੇ ਆਪ ਗੁਰੂ ਅਸਥਾਨਾਂ ਦੀਆਂ ਕਾਰ ਸੇਵਾ ਕਰਾ ਰਹੇ ਜੇ, ਨਾਲ ਗੁਰੂ ਕੇ ਲੰਗਰਾਂ ਦਾ ਵੀ ਪਹਿਰਾ ਸੰਭਾਲੋ। ਮਹਾਂਪੁਰਖਾਂ ਨੇ ਨਾਂਹ ਨਹੀਂ ਕੀਤੀ, ਜੋ ਆਪ ਜੀ ਗੁਰੂ ਕੀ ਸੰਗਤ ਦਾ ਬੱਚੇ ਹੁਕਮ ਆ ਤੇ ਜੋ ਆਪ ਜੀ ਦਾ ਬੱਚੇ, ਇਹ ਬਹੁਤ ਵੱਡੀ ਕਿਰਪਾ ਵਰਤੀ ਸਤਿਗੁਰਾਂ ਦੀ। ਗੁਰਮੁਖੋ 1983 ਤੋਂ ਪਹਿਲਾਂ ਕੋਈ ਵੀ ਅੰਦਰ ਅਟੈਚ ਬਾਥਰੂਮ ਕਮਰਾ ਨਹੀਂ ਸੀ ਹੁੰਦਾ। ਇਹ ਮਹਾਂਪੁਰਖਾਂ ਦੀਆਂ ਘਾਲ ਕਮਾਈਆਂ 1983 ਤੋਂ ਲੈ ਕੇ 2005 ਤੱਕ ਮਹਾਂਪੁਰਖਾਂ ਨੂੰ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਸਮਾਂ ਬਖਸ਼ਿਆ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਾਰੀਆਂ ਸੇਵਾ ਮਹਾਂਪੁਰਖਾਂ ਤੋਂ ਲਈਆਂ ਤੇ ਜਦੋਂ ਮਹਾਂਪੁਰਖਾਂ ਨੂੰ ਸੇਵਾ ਮਿਲੀ ਨਾ ਪਹਿਰਾ, ਤੇ ਮਹਾਂਪੁਰਖਾਂ ਨੇ ਗੁਰਮਤਾ ਕਰਕੇ ਵੀ ਛਮਾਈ ਤੇ ਸਲਾਨਾ ਨੇ ਆਪਾਂ ਮਨਾਉਣੀਆਂ ਬਰਸੀਆਂ ਤੇ ਤਿੰਨਾਂ ਮਹਾਂਪੁਰਖਾਂ ਦੀਆਂ ਬਰਸੀਆਂ ਆਪਾਂ ਇਕੱਠੀ ਕਰ ਦੇਣੀਆਂ। ਬਾਬਾ ਨਿਧਾਨ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ, ਬਾਬਾ ਮੋਨੀ ਜੀ ਦੇ, ਉਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਬਚਨ ਮੰਨ ਲਿਆ ਤੇ ਜਦੋਂ ਭਾਣਾ ਵਰਤਾਇਆ ਮਹਾਂਪੁਰਖਾਂ ਨੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਉਹਨਾਂ ਦਾ ਵੀ ਆਪ ਜੀ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਨਾਲ, ਬਾਕੀ ਸਾਰੇ ਸੇਵਾਦਾਰਾਂ ਨੂੰ ਬੇਨਤੀ ਆ ਸਾਰਿਆਂ ਨੇ ਗੁਰੂ ਘਰ ਲੰਗਰ ਵਰਤਾਉਣ ਦਾ ਪਹਿਰਾ ਰੱਖਣਾ ਵਾ। ਗੁਰੂ ਘਰ ਲੰਗਰ ਹੁਣ ਚੱਲਦਾ ਰਹਿਣਾ 24 ਘੰਟੇ, ਸਾਰਿਆਂ ਨੇ ਲੰਗਰ ਵਰਤਾਉਣ ਦੀ ਸੇਵਾ ਕਰਨੀ ਆ। ਬਾਕੀ ਗੁਰੂ ਕੀ ਸੰਗਤ ਨੂੰ ਪਿਆਰ ਨਾਲ ਪ੍ਰੇਮ ਨਾਲ ਸਮਝਾ ਕੇ ਤੇ ਸਾਰਿਆਂ ਨੇ ਵਾਰੀ ਵਾਰੀ ਲੰਗਰ ਵਰਤਾਉਣ ਦੀ ਸੇਵਾ, ਤੇ ਬਾਕੀ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਆ। ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਦਾਸ ਵੱਲ ਦਾਤਾਂ ਬਖਸ਼ਣਾ, ਆਪ ਕਲਯੁਗ ਦੇ ਨਸ਼ਿਆਂ ਤੋਂ ਬਚਾ ਕੇ ਰੱਖਣਾ, ਕਲਯੁਗੀ ਜੀਆਂ ਤੋਂ ਨਿੰਦਕਾਂ ਤੋਂ ਬਚਾ ਕੇ ਰੱਖਣਾ, ਗੁਰੂ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਕੇ
अपने चरणा नाल निभा लेना। घर दिया कलाले कारोबार बख्शन सारे गुरु प्यारिया नू, दिन दुगनी रात चौगनी तरक्कियां प्रमोशना बख्शन। इसे तरह सतगुरा की कृपा बनी रहे। हुण सारे ने पूरा चक्कर लिआउणा वा बड़े प्रेम नाल ते आराम नाल रल के। जदों तुर के शुरुआत होनी इधरों सारे ने बोलना वा, इधरों नहीं बाद च इधरों मारी दे के फिर मोझ बनी। सत नाम वाहे गुरु 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 सत नाम वाहे सत नाम वाहे गुरु सत नाम वाहे गुरु सारे उठो बाबा Thank you.